ਹੁਣ ਲੋਕ ਬਾਬਿਆਂ ਨੂੰ ਘਰਾਂ 'ਚ ਸੱਦੇ ਆ, ਬਾਬਿਆਂ ਦੇ ਚਰਨ ਪਾਉਂਦੇ ਨਾ ਘਰਾਂ 'ਚ। ਤੁਸੀਂ ਵੇਖੋ ਕਿਸੇ ਪਿੰਡ 'ਚ ਦੀਵਾਨ ਹੋਣ, ਬਾਬੇ ਦੇ ਨਾਲ ਸੱਤ ਅੱਠ ਜਾਣ ਹੋਣ, ਵਿਹਲੜ ਮੇਰੇ ਵਰਗੇ ਸਮੋਸੇ ਖਾਣ ਵਾਲੇ, ਉਹਨਾਂ ਨੂੰ ਚਲੋ ਬਾਬਾ ਜੀ ਸਾਡੇ ਘਰੇ ਚੱਲੋ। ਕਿਉਂ? ਅਸੀਂ ਬਾਬਿਆਂ ਦੇ ਚਰਨ ਪਵਾਉਣੇ ਘਰਾਂ 'ਚ। ਤੇ ਅਸੀਂ ਪੁੱਛਦੇ ਹੁੰਦੇ ਵੀ ਬਾਬਿਆਂ ਦੇ ਚਰਨ ਘਰਾਂ 'ਚ ਪਵਾਉਣ ਨਾਲ ਕੀ ਬੈਨੀਫਿਟ ਆ ਜੀ? ਕਹਿੰਦੇ ਲੈ ਬਹੁਤ ਚੰਗੇ ਹੁੰਦੇ, ਵਾਧਾ ਹੋਊਗਾ ਸਾਡੇ ਘਰੇ। ਵੀ ਬਾਬੇ ਤੁਹਾਡੇ ਘਰੇ ਜੇ ਚਰਨ ਪਾ ਗਏ, ਤੁਹਾਡੇ ਨਾਲ ਕਿਹੜਾ ਐਫੜੀ ਕਰਾ ਜਾਣਗੇ? ਕੀ ਵਾਧਾ ਹੋਜੂ? ਲੁੱਟ ਕੇ ਲੈ ਕੇ ਜਾਣਗੇ ਤੁਹਾਡੇ ਤੋਂ। ਚੰਗਾ ਉਹਨਾਂ ਨੂੰ ਚੰਗਾ ਚੋਖਾ ਖਵਾਓਗੇ ਪਹਿਲਾਂ, ਹੁਣ ਬਾਬੇ ਮਾੜਾ ਥੋੜੀ ਖਾ ਕੇ ਜਾਂਦੇ ਨਾ। ਤੁਸੀਂ ਵੇਖੋ ਆਮ ਆਪਣੇ ਰਿਸ਼ਤੇਦਾਰ ਆ ਜੇ, ਜਾਂ ਕੋਈ ਆਮ ਅਗਲਾ 20 ਰੁਪਏ ਵਾਲੇ ਬਿਸਕੁਟ ਲਿਆ ਕੇ ਧਰ ਦਿੰਦਾ, ਕੋਈ ਚੋਲਾ ਪਾ ਕੇ ਨਾਲ 7-8 ਵਿਹਲੜ ਲੈ ਕੇ ਆ, ਫਿਰ ਡਰਾਈ ਫਰੂਟ ਲਿਆਉਂਦੇ ਆ। ਊਂ ਲੋਕ ਫਿਰ ਬੋਲੀ ਗਰੀਬੀ ਆ, ਬੋਲੀ ਮਹਿੰਗਾਈ ਆ। ਵੀ ਜਦੋਂ ਬਾਬਿਆਂ ਨੂੰ ਚਾਹ ਪਿਆਉਣੀ ਆ, ਉਦੋਂ ਤੁਹਾਡੀ ਲਾਟਰੀ ਨਿਕਲਿਆ ਜੀ, ਉਦੋਂ ਕਿੱਥੋਂ ਲਿਆ ਇਹ? ਤੇ ਬਾਬੇ ਨੂੰ ਚੰਗੀ, ਫਿਰ ਬਾਬੇ ਨੂੰ ਰੋਟੀ ਖਵਾਉਂਦੇ ਵੀ ਐਂ ਕਾਜੂਆਂ ਦੀ ਸਬਜ਼ੀ ਬਣਾ ਕੇ, ਪਨੀਰ ਫਲਾਨਾ ਧਿਉਂਕਾ, ਤੇ ਆਪ ਇੱਕ ਸਾਗ ਨੂੰ 4-4 ਦਿਨ ਤੜਕੇ ਲਾਈ ਜਾਣਗੇ ਵੀ ਆਪ ਖਾ ਲਓ ਮਰ ਲਓ, ਵੀ ਸਾਰੇ ਦਿਨ ਕੋਈ ਖਵਾਈ ਜਾਂਦੇ ਹੋ। ਕਿਉਂਕਿ ਸਾਡੀ ਸੁਰਤ 'ਚ ਕਿਤੇ ਨਾ ਕਿਤੇ ਗੱਲ ਬੈਠ ਗਈ, ਬਿਠਾ ਤੀ ਸਾਡੇ ਦਿਮਾਗ 'ਚ ਵੀ ਬਾਬਾ ਜੀ ਆਏ, ਸੰਤ ਜੀ ਆਏ, ਕਮਾਲ ਹੈ। ਮੈਂ ਤਾਂ ਹੈਰਾਨ ਹੱਸਦਾ ਹੁੰਦਾ ਵੀ ਹੁਣ ਜਿਹੜੀ ਆਪਣੀ ਖੇਤਾਂ 'ਚ ਗਿੱਠ ਗਿੱਠ ਕਣਕ ਖੜੀ ਹੈ, ਇਹ ਤਾਂ ਅਵਾਰਾ ਡੰਗਰ ਮੁੱਛਦੇ ਫਿਰਦੇ ਆ, ਗਾਵਾਂ ਚੜਦੀਆਂ ਫਿਰਦੀਆਂ ਨਾ ਅਵਾਰਾ। ਜਿਹੜੀ ਖੇਤਾਂ 'ਚ ਗਿੱਠ ਗਿੱਠ ਕਣਕ ਖੜੀ ਹੈ, ਇਹ ਅਵਾਰਾ ਡੰਗਰ ਮੁੱਛਦੇ ਫਿਰਦੇ ਆ, ਤੇ ਜਿਹੜੀ ਢੋਲਾਂ 'ਚ ਪਾਈ ਬੈਠੇ ਆ ਪਿਛਲੇ ਸਾਲ ਵਾਲੀ, ਇਹ ਅਵਾਰਾ ਸਾਧ ਖਾਂਦੇ ਫਿਰਦੇ ਆ ਘਰਾਂ 'ਚ ਆ ਕੇ। ਤੇ ਬਚਾਂਗੇ ਕਿੱਥੋਂ ਬਈ? ਜਿਹੜੀ ਢੋਲਾਂ 'ਚ ਉਹ ਤਾਂ ਸਾਂਭ ਕੇ ਰੱਖ ਲਓ, ਉਹ ਤਾਂ ਗਾਵਾਂ ਮੁੱਛੀ ਜਾਂਦੀਆਂ ਜਿਹੜੀ ਉਹ ਖੜੀ ਆ ਉੱਥੇ, ਤੇ ਜਿਹੜੀ ਇੱਥੇ ਪਾਈ ਹੋਈ ਹੈ ਤੇ ਉਹ ਸਾਰੇ ਮੁੱਛੀ ਜਾਂਦੇ ਆ, ਵਿਗਾੜਿਆ ਹੋਇਆ ਸਿਸਟਮ। ਤੇ ਬਾਬਿਆਂ ਨੂੰ ਲੋਕ ਘਰਾਂ 'ਚ ਲਿਆ ਲਿਖਵਾ ਜੀ, ਮਤਲਬ ਕੀ ਇਹਨਾਂ ਦਾ ਜੀ? ਤੇ ਉਹ ਕਹਿੰਦੇ ਗੁਰੂ ਦੇ ਚਰਨ ਹੈ, ਰੱਬੀ ਬਾਣੀ ਨੂੰ ਸਮਝ ਕੇ ਫਿਰ ਪਤਾ ਲੱਗੇ ਸਾਨੂੰ। ਹਾਂ, ਇੱਕ ਬੇਨਤੀ ਕਰਾਂ ਵੀ ਜਿਹਨਾਂ ਨੂੰ ਦਿੱਤਾ ਨਾ ਪਰਮਾਤਮਾ ਨੇ, ਕਿਸੇ ਲੋੜਵੰਦ ਦੀ ਜ਼ਰੂਰ ਹੈਲਪ ਕਰਦੇ ਕਰੀਏ ਆਪਾਂ। ਗਰੀਬ ਦਾ ਮੂੰਹ ਗੁਰੂ ਦੀ ਗੋਲਕ ਦੀ ਗੱਲ ਦੱਸੀਏ, ਪਰ ਨਾ ਇੱਥੇ ਲੋਕ ਬਾਬਿਆਂ ਨੂੰ ਲਿਆ ਲਾ ਖਵਾਉਂਦੇ ਆ। ਫਲਾਨੇ ਬਾਬੇ ਨੂੰ ਰੋਟੀ ਕਰੀ ਹੈ, ਫਲਾਨੇ ਬਾਬੇ ਨੂੰ ਰੋਟੀ ਕਰੀ ਹੈ, ਫਲਾਨੇ ਬਾਬੇ ਨੂੰ ਰੋਟੀ ਕਰੀ, ਮਤਲਬ ਕੀ ਹੈ ਜੀ ਇਹਨਾਂ ਦਾ? ਤੇ ਇਹ ਸਾਧ ਜਿਹੜੇ ਲੋਕਾਂ ਦੇ ਘਰੋਂ ਖਾ ਖਾ ਡੋਲੂ ਖੀਰ ਦਾ, ਐਨ ਚਾਰੇ ਪਾਸੇ ਇੱਕੋ ਜਿਹੇ ਹੋਏ ਪਏ, ਚੌੜੇ ਚੌੜੇ, ਮੋਟੇ ਮੋਟੇ, ਦੂਰੋਂ ਲੱਗਦਾ ਕੁੱਪ ਦਾ ਭੁਲੇਖਾ ਪੈਂਦਾ ਬਾਬੇ ਨੂੰ ਵੇਖ ਕੇ। ਤੇ ਉਦਾਂ ਲੋਕਾਂ ਦੇ ਘਰੇ ਖਾ ਖਾ ਕੇ ਖੀਰ ਜਿਹੜੇ ਸਾਧ ਨੇ ਢਿੱਡ ਵਧਾਇਆ ਹੁੰਦਾ ਨਾ, ਉਹ ਸਟੇਜ ਤੇ ਬੈਠਾ ਕਹਿੰਦਾ ਸਾਧ ਸੰਗਤ ਰੁੱਖੀ ਮਿੱਸੀ ਖਾਇਆ ਕਰੋ, ਤੇ ਉਹ ਜਿਹੇ ਸਾਧੜੇ ਦੀ ਬਾਂਹ ਮਰੋੜ ਕੇ ਪੁੱਛੇ ਵੀ ਤੇਰਾ ਤੌੜੇ ਵਰਗਾ ਢਿੱਡ ਰੁੱਖੀ ਮਿੱਸੀ ਖਾ ਕੇ ਹੋਇਆ? ਵੀ ਸੰਗਤ ਤਾਂ ਰੁੱਖੀ ਮਿੱਸੀ ਖਾਂਦੇ, ਚਾਰ ਨਾ ਖਾਂਦੇ, ਖਾਣ ਨੂੰ ਹੈ ਕੀ ਆ ਲੋਕਾਂ ਕੋਲੇ? ਵੀ ਚੰਗਾ ਚੋਖਾ ਤਾਂ ਤੁਸੀਂ ਖਾਂਦੇ ਹੋ, ਖੁੱਚਾਂ ਤੇਰੀਆਂ ਇਡੀਆਂ ਇਡੀਆਂ ਹੋਈਆਂ ਪਈਆਂ, ਟਾਹਲੀ ਅਰ ਗਈਆਂ, ਤੇ ਇਹ ਲੋਕਾਂ ਦੇ ਘਰੇ ਖਾਕੀ ਹੋਈਆਂ ਤੁਹਾਡੀਆਂ? ਹੋਰ ਕੀ ਆ? ਤੇ ਆਪਦੇ ਨਿਆਣਿਆਂ ਦੇ ਮੂੰਹ ਚੋਂ ਕੱਢ ਕੱਢ ਲੋਕ ਸਾਧੜਿਆਂ ਨੂੰ ਖਵਾਉਂਦੇ ਆ, ਮਤਲਬ ਕੀ ਇਹਨਾਂ ਗੱਲਾਂ ਦਾ ਜੀ? ਤੇ ਨਾ ਬਾਬਿਆਂ ਦੇ ਚਰਨ ਤੇ ਸਾਧੜੇ, ਇਹ ਤੁਰੇ ਫਿਰਦੇ ਲੋਕਾਂ ਦੇ ਘਰਾਂ 'ਚ ਹੜ ਹੜ ਕਰਦੇ। ਤੁਸੀਂ ਵੇਖ ਲਓ, ਦੀਵਾਨ ਲਾਉਣ ਤੋਂ ਪਹਿਲਾਂ 3 ਘਰਾਂ 'ਚ ਗੇੜਾ ਦੇ ਜਾਂਦੇ, ਦੀਵਾਨ ਲਾਉਣ ਤੋਂ ਬਾਅਦ 3 ਘਰਾਂ 'ਚ ਗੇੜਾ ਦਿੰਦੇ, 3 ਘਰਾਂ 'ਚ ਪਹਿਲਾਂ ਚਾਹ ਪੀਂਦੇ ਆ, ਗੀਜਾ ਭਰ ਲੈਂਦੇ ਨੋਟਾਂ ਦਾ, ਦੂਜਾ ਗੀਜੇ ਰੋਟੀ ਖਾਣ ਵੇਲੇ ਭਰਦੇ, ਵੀ ਬਾਕੀ ਸਾਰੀ ਸੰਗਤ ਪੰਗਤ 'ਚ ਬਹਿ ਕੇ ਛਕਦੀ ਹੈ। ਤੇ ਉਦਾਂ ਕਹਿਣਗੇ ਬਾਬੇ ਨਾਨਕ ਨੇ ਭਾਈ ਲਾਲੋ ਦੀਆਂ ਰੁੱਖੀਆਂ ਖਾਧੀਆਂ, ਵੀ ਬਾਬੇ ਨਾਨਕ ਨੇ ਤਾਂ ਖਾ ਲੀਆਂ ਭਾਈ ਲਾਲੋ ਦੀ ਰੁੱਖੀ, ਵੀ ਤੁਸੀਂ ਕੋ ਚੋਪੜੀਆਂ ਭਾਲਦੇ, ਤੁਹਾਡੇ ਸੰਘ ਚੜਦੀਆਂ, ਤੁਸੀਂ ਕਿਉਂ ਨਹੀਂ ਖਾਂਦੇ? ਤੁਸੀਂ ਆਹ ਜਿਹੜਾ ਲੰਗਰ ਹੈ ਭਾਈ ਲਾਲੋ ਦਾ ਹੀ ਹੈ। ਹੁਣ ਕਿਸੇ ਕੋਲੇ ਅਵਸਥਾ ਸੀ, ਉਹਨੇ ਗੱਟਾ ਆਟੇ ਦਾ ਦੇਤਾ ਹੋਣਾ ਗੁਰਦੁਆਰੇ, ਕਿਸੇ ਕੋਲੇ ਹੈ ਨਹੀਂ ਸੀ, ਉਹਨੇ ਕੌਲੀ ਆਟੇ ਦੀ ਪਾ ਗਿਆ ਹੋਣਾ, ਕੋਈ ਲੂਣ ਦੀ ਥੈਲੀ ਦੇ ਗਿਆ ਹੋਣਾ, ਕਿਸੇ ਨੇ 500 ਰੁਪਇਆ ਦੇਤਾ ਹੋਣਾ, ਕੋਈ 5 ਰੁਪਏ ਦੇ ਗਿਆ ਹੋਣਾ, ਤੇ ਓਵਰਆਲ ਕਿਹਦਾ ਬਣ ਗਿਆ ਲੰਗਰ ਇਹ ਭਾਈ ਲਾਲੋਆਂ ਦਾ? ਤੇ ਬਰਕਤ ਹੀ ਹੈ ਨਾ ਇਹ, ਇੱਥੇ ਕੌਲੀ ਵਾਲੇ ਦਾ ਵੀ ਪ੍ਰਵਾਨ ਹੈ ਜਿਹੜਾ ਗੱਟਾ ਦੇ ਗਏ, ਉਹ ਵੀ ਇਹ ਲੰਗਰ ਭਾਈ ਲਾਲੋਆਂ ਦਾ ਹੋ ਗਿਆ। ਤੇ ਭਾਈ ਲਾਲੋਆਂ ਦਾ ਲੰਗਰ ਛੱਡ ਕੇ ਲੋਕ ਉੱਧਰ ਨੂੰ ਭੱਜਦੇ ਆ ਜਿਨ੍ਹਾਂ ਨੇ ਡਾਇਨਿੰਗ ਟੇਬਲ ਦੇ 17-18 ਕੌਲੀਆਂ ਧਰੀਆਂ ਹੁੰਦੀਆਂ, ਤੇ ਸਟੇਜ ਤੇ ਬੈਠੇ ਕਹਿੰਦੇ ਆ ਸਾ ਸੰਗਤ ਜਦੋਂ ਗੁਰੂ ਅਮਰਦਾਸ, ਤੁਸੀਂ ਇਤਿਹਾਸ ਸੁਣਿਆ ਹੀ ਆਪਾਂ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਆਏ ਦੇ ਸਮੇਂ ਅਕਬਰ ਆਇਆ ਸੀ। ਅਕਬਰ ਕੌਣ ਸੀ ਜੀ? ਪ੍ਰਧਾਨ ਮੰਤਰੀ ਸੀ ਉਦੋਂ, ਉਸ ਸਮੇਂ ਦਾ। ਤੇ ਸਿੱਖਾਂ ਨੇ ਆ ਕੇ ਦੱਸਿਆ ਸੱਚੇ ਪਾਤਸ਼ਾਹ ਅਕਬਰ ਆ ਰਿਹਾ। ਮਹਾਰਾਜ ਕਹਿੰਦੇ ਠੀਕ ਹੈ, ਹੁਣ ਬਾਬਾ ਬੁੱਢਾ ਸਾਹਿਬ ਜੀ
ਤੇ ਭਾਈ ਗੁਰਦਾਸ ਜੀ ਵਰਗੇ ਉਦੋਂ ਜਿਹੜੇ ਸਿੱਖ ਜ਼ਿੰਮੇਵਾਰੀ ਨਿਭਾ ਰਹੇ ਗੁਰਦੁਆਰੇ ਸਿਸਟਮ ਨੂੰ ਵੇਖ ਰਹੇ ਉਸ ਟਾਈਮ ਦੇ, ਉਹਨਾਂ ਨੇ ਆ ਕੇ ਦੱਸਿਆ ਪਾਤਸ਼ਾਹ ਅਕਬਰ ਆ ਰਿਹਾ। ਮਹਾਰਾਜ ਕਹਿੰਦੇ ਠੀਕ ਹੈ, ਉਹਨੂੰ ਕਹੋ ਪੰਗਤ ਬਹਿ ਕੇ ਪ੍ਰਸ਼ਾਦਾ ਛਕੇ। ਕਿਤੇ ਇਤਿਹਾਸ ਤੁਸੀਂ ਐਂ ਪੜ੍ਹਿਆ ਵੀ ਜਦੋਂ ਬਾਬਾ ਬੁੱਢਾ ਜੀ ਨੇ ਆ ਕੇ ਦੱਸਿਆ ਵੀ ਸੱਚੇ ਪਾਤਸ਼ਾਹ ਪ੍ਰਧਾਨ ਮੰਤਰੀ ਅਕਬਰ ਆ ਰਿਹਾ ਗੁਰਦੁਆਰੇ ਮੱਥਾ ਟੇਕਣ, ਤੇ ਸੱਚੇ ਪਾਤਸ਼ਾਹ ਨੇ ਕਹਿਤਾ ਵੀ ਐਂ ਕਰੋ ਇੱਕ ਤਾਂ ਬਦਾਮਾਂ ਵਾਲੀ ਖੀਰ ਬਣਾ ਲਓ ਥੋੜ੍ਹੀ ਜੀ ਉਹਦੀ ਖਾਤਰ, ਤੇ ਇੱਕ ਐਂ ਕਰੋ ਸ਼ਾਹੀ ਪਨੀਰ ਬਣਾ ਲਓ, ਤੇ ਬਾਕੀ ਸੰਗਤ ਨੂੰ ਪਤਲੀ ਜੀ ਮੂੰਗੀ ਚੱਲਣ ਦਿਓ, ਮੋਟੀਆਂ ਮੋਟੀਆਂ ਰੋਟੀਆਂ ਚੱਲਣ ਦਿਓ, ਤੇ ਅਕਬਰ ਖਾਤਰ ਹੌਲੀ ਹੌਲੀ ਫੁਲਕੇ ਬਣਾ ਲਓ। ਐਂ ਤਾਂ ਨਹੀਂ ਕਿਹਾ ਮਹਾਰਾਜ ਨੇ, ਨਾ ਨਾ ਇੱਥੇ ਇੱਥੇ ਦੁੱਕੀ ਦਾ ਬੰਦਾ ਗੁਰਦੁਆਰੇ ਆ ਜੇ ਸਪੈਸ਼ਲ ਗੁਰੂ ਦੀ ਗੋਲਕ ਚੋਂ VIP ਖਾਣੇ, ਕਮਾਲ ਹੈ VIP ਖਾਣੇ, ਉੱਥੋਂ ਆਉਂਦਾ SGPC ਦਾ ਪ੍ਰਧਾਨ ਆਉਂਦਾ ਰੋਟੀ ਰੋਟੀ ਪਾਣੀ ਰੈਸਟੋਰੈਂਟ 'ਚ ਆਉਂਦਾ, ਕਮਾਲ ਹੈ ਵੀ ਇਹ ਕੀ ਸਿਸਟਮ ਹੈ ਬਈ। ਹੁਣ ਇਤਿਹਾਸ ਸਾਡਾ ਕੀ ਕਹਿੰਦਾ, ਪਾਤਸ਼ਾਹ ਕਹਿੰਦੇ ਅਕਬਰ ਨੂੰ ਕਹੇ ਉੱਥੇ ਬਹਿ ਕੇ ਪ੍ਰਸ਼ਾਦਾ ਛਕ ਲਏ। ਅਕਬਰ ਕਿੱਥੇ ਬੈਠਾ, ਜਿੱਥੇ ਘਾਹ ਖੋਤਣ ਵਾਲਾ ਬੈਠਾ ਉਸੇ ਤੱਪੜ ਤੇ ਬਹਿ ਕੇ ਉਸ ਸਮੇਂ ਦਾ ਬਾਦਸ਼ਾਹ ਪ੍ਰਸ਼ਾਦਾ ਛਕ ਕੇ ਗਿਆ। ਜਿੱਥੇ ਇੱਕ ਦਿਹਾੜੀ ਕਰਨ ਵਾਲਾ ਬੈਠਾ, ਜਿੱਥੇ ਫਟੇ ਪੁਰਾਣੇ ਕੱਪੜੇ ਪਾਈ ਇੱਕ ਗਰੀਬ ਬੰਦਾ ਬੈਠਾ, ਉੱਥੇ ਬਹਿ ਕੇ ਅਕਬਰ ਪ੍ਰਸ਼ਾਦਾ ਛਕ ਕੇ ਗਿਆ, ਉੱਥੇ ਬਹਿ ਕੇ ਛਕ। ਇਤਿਹਾਸ ਆ ਸਾਡਾ ਇਹ, ਪਰ ਅੱਜ ਖਿਮਾ ਕਰੋ ਸਿਸਟਮ ਵਿਗੜ ਗਿਆ, ਕਿਉਂਕਿ ਸਾਨੂੰ ਸਿੱਖੀ ਸਿਧਾਂਤਾਂ ਦੀ ਸਮਝ ਨਹੀਂ ਰਹੀ, ਸਿੱਖੀ ਸਿਧਾਂਤਾਂ ਦੀ ਪਕੜ ਨਹੀਂ ਰਹੀ, ਤਾਂ ਕਰਕੇ ਹਾਲਾਤ ਵਿਗੜ ਗਏ।